ਸੌਣ ਮਹੀਨੇ ਦੀ ਸ਼ੁਰੂਆਤ ਹੋਣ ਦੇ ਨਾਲ ਅੱਜ ਸੌਣ ਮਹੀਨੇ ਦਾ ਪਹਿਲਾ ਸੋਮਵਾਰ ਹੈ, ਜਿਸ ਦੇ ਚਲਦੇ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਿਵ ਭਗਤ ਮੱਥਾ ਟੇਕ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਪਹੁੰਚ ਰਹੇ ਹਨ। ਸੌਣ ਮਹੀਨੇ ਦੀ ਹਿੰਦੂ ਧਰਮ ਵਿੱਚ ਵੱਖਰੀ ਹੀ ਮਾਨਤਾ ਹੈ ਕਿ ਜੇਕਰ ਕੋਈ ਸ਼ਖਸ ਸੌਣ ਮਹੀਨੇ ਦੇ ਸਾਰੇ ਸੋਮਵਾਰ ਵਰਤ ਦੀ ਪਾਲਣਾ ਕਰਦਾ ਹੈ ਤਾਂ ਭਗਵਾਨ ਸ਼ਿਵ ਉਸਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ, ਜਿਸ ਕਾਰਨ ਸਵੇਰ ਤੋਂ ਹੀ ਸ਼ਿਵ ਭਗਤ ਮੰਦਰਾਂ ਵਿਖੇ ਬੇਲ ਪੱਤਰ ਲਿਆ ਕੇ ਭਗਵਾਨ ਸ਼ਿਵ ਦੇ ਪਾਣੀ ਚੜ੍ਹਾ ਰਹੇ ਹਨ। ਹਿੰਦੂ ਧਰਮ ਵਿੱਚ ਵੱਖਰੀ ਪਹਿਚਾਣ ਰੱਖਣ ਵਾਲੇ ਇਸ ਮਹੀਨੇ ਨੂੰ ਲੈ ਕੇ ਜਦ ਨਿਊਜ਼ ਨੰਬਰ ਦੀ ਟੀਮ ਨੇ ਮੰਦਰ ਦੇ ਪੰਡਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੌਣ ਮਹੀਨਾ ਹਿੰਦੂ ਧਰਮ ਵਿੱਚ ਵੱਖਰੀ ਥਾਂ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਇਸ ਮਹੀਨੇ ਸੂਰਜ ਕਰਕ ਰਾਸ਼ੀ ਵਿੱਚ ਆਉਂਦਾ ਹੈ ਅਤੇ ਕਰਕ ਰਾਸ਼ੀ ਦੇ ਸਵਾਮੀ ਚੰਦਰਮਾ ਹਨ ਜੋ ਕਿ ਭਗਵਾਨ ਸ਼ਿਵ ਦੇ ਸਿਰ ਉੱਤੇ ਵਿਰਾਜਮਾਨ ਨੇ। ਇਸ ਲਈ ਇਸ ਮਹੀਨੇ ਜੋ ਸ਼ਖਸ ਪੂਰੀ ਸ਼ਰਧਾ ਨਾਲ ਵਰਤ ਦੀ ਪਾਲਣਾ ਕਰਦਾ ਹੈ, ਭਗਵਾਨ ਉਸਦੀ ਸਾਰੀ ਮਨੋਕਾਮਨਾਵਾਂ ਪੂਰੀ ਕਰਦੇ ਹਨ। ਇੱਕ ਸਾਵਣ ਮਹੀਨਾ ਸੂਰਜ ਦੇਵਤਾ ਸਾਡੇ ਕਰਕ ਰਾਸ਼ੀ ਆਉਂਦੇ ਨੇ। ਅਕਰਕ ਰਾਸ਼ੀ ਦਾ ਮਾਲਕ ਚੰਦਰਮਾ, ਚੰਦਰਮਾ ਵੀ ਸ਼ਿਵ ਸ਼ੰਕਰ ਦੇ ਸਿਰ 'ਤੇ ਵਿਰਾਜਮਾਨ ਹੁੰਦਾ। ਅੱਜ ਮਹੀਨਾ ਪੂਰਾ ਜਾਂ ਇਸ ਮਹੀਨਾ ਪੂਰੀ ਪੂਜਾ ਕਰਦਾ, ਚੰਦਰਮਾ ਉੱਪਰ ਸੁੱਖ ਸ਼ਾਂਤੀ ਦਿੰਦਾ ਔਰ ਸ਼ਿਵ ਸ਼ੰਕਰ ਦੀ ਕਿਰਪਾ ਉਹਦੇ ਉੱਪਰ ਰਹਿੰਦੀ ਹੈ ਔਰ ਨਾਗ ਦੇਵਤੇ ਦੀ ਉਹਦੇ ਉੱਪਰ ਕਿਰਪਾ ਹੁੰਦੀ ਹੈ। ਤਿੰਨੋਂ ਦੇਵਤੇ ਦੀ ਕਿਰਪਾ ਉਹਦੇ ਉੱਪਰ ਹੈ, ਹਮੇਸ਼ਾ ਆਵਣ ਆਦਮੀ ਦਾ ਬੇੜਾ ਪਾਰ ਹੁੰਦਾ ਔਰ ਪੂਰੇ ਸਾਲ ਦੇ ਕਸ਼ਟ ਪੀੜਾ ਦੁੱਖ ਦਰਿੱਦ ਦੂਰ ਹੁੰਦਾ ਔਰ ਹਮੇਸ਼ਾ ਸ਼ਿਵ ਸ਼ੰਕਰ ਦੀ ਕਿਰਪਾ ਬਣੀ ਹੁੰਦੀ ਹੈ। ਪੂਰੇ ਸਾਲ ਦਾ ਫਲ ਸੀ ਇੱਕ ਮਹੀਨੇ ਮਿਲੀ ਹੁੰਦਾ।